ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਡੇਲੀ ਲਾਈਫ ਬਲੌਗ ਚੈਨਲ 'ਤੇ ਤੁਹਾਡਾ ਸਵਾਗਤ ਹੈ ਅਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਨਮਕੀਨ ਮੱਠੀਆਂ ਅਤੇ ਬਹੁਤ ਹੀ ਟੇਸਟੀ ਅਤੇ ਖਸਤਾ ਬਣਦੀਆਂ ਵਾ ਅਤੇ ਇਹਦੇ ਵਿੱਚ ਕੀ ਪੈਣਾ ਵਾ ਉਹ ਤੁਹਾਨੂੰ ਦੱਸਦੇ ਹਾਂ। ਇਹਦੇ ਵਿੱਚ ਆਪਾਂ ਪਾਈਆ ਇੱਕ 250 ਗ੍ਰਾਮ ਮੈਦਾ ਲਿਆ, 250 ਗ੍ਰਾਮ ਆਪਾਂ ਮੈਦਾ ਲਿਆ ਵਾ, ਅਤੇ ਥੋੜ੍ਹਾ ਜਿਹਾ ਆਪਾਂ ਥੋੜ੍ਹੀ ਜਿਹੀ ਆਪਾਂ 3 ਕੁ ਚਮਚੇ ਹੀ ਆ ਸੂਜੀ ਲਈ ਹੈ, ਅਤੇ ਇੰਨੀ ਕੁ ਆਪਾਂ ਅਜਵਾਇਣ ਲਵਾਂਗੇ ਅਤੇ ਇਹਨੂੰ ਥੋੜ੍ਹਾ ਜਿਹਾ ਇੰਝ ਕਰ ਲਵਾਂਗੇ, ਹੱਥ ਦੇ ਨਾਲ ਮਸਲ ਲਵਾਂਗੇ ਕਿ ਸਮੈਲ ਬੜੀ ਵਧੀਆ ਆਉਂਦੀ, ਅਤੇ ਥੋੜ੍ਹਾ ਜਿਹਾ ਆਪਾਂ ਜੀਰਾ ਲਿਆ ਵਾ, ਚਮਚਾ ਕੁ ਜੀਰਾ ਲਿਆ, ਵੱਡਾ ਚਮਚਾ, ਅਤੇ ਥੋੜ੍ਹੀ ਜਿਹੀ ਆਪਾਂ ਮੇਥੀ ਪਾਵਾਂਗੇ ਕਸੂਰੀ ਮੇਥੀ, ਇਹਦੇ ਨਾਲ ਸਮੈਲ ਬੜੀ ਵਧੀਆ ਹੁੰਦੀ ਹੈ ਅਤੇ ਇਹਦੇ ਨਾਲ ਵੈਸੇ ਵੀ ਟੇਸਟ ਜਿਹੜਾ ਵਾ ਮੱਠੀਆਂ ਦਾ ਬਦਲ ਜਾਂਦਾ, ਬਹੁਤ ਸਵਾਦ ਲੱਗਦੀਆਂ ਇਹਦੇ ਨਾਲ। ਅਤੇ ਥੋੜ੍ਹਾ ਜਿਹਾ ਆਪਾਂ ਕੌਲੀ ਦੇ ਤੀਜਾ ਕੁ ਹਿੱਸਾ ਆਪਾਂ 3 ਕੁ ਚਮਚੇ ਆ ਤੇਲ ਰਿਫਾਇੰਡ ਲਿਆ, ਇਹ ਪਾਈਦਾ ਮੂਨ ਵਾਸਤੇ ਕਿ ਇਹ ਜਿਹੜੀਆਂ ਮੱਠੀਆਂ ਵਾ ਇਹ ਸਵਾਦ ਬਣਦੀਆਂ ਵਾ ਅਤੇ ਖਸਤਾ ਬਣਦੀਆਂ, ਅਤੇ ਬਾਕੀ ਆਪਾਂ ਇਹਨੂੰ ਹੱਥ ਦੇ ਨਾਲ ਮਸਲਾਂਗੇ ਥੋੜ੍ਹਾ ਥੋੜ੍ਹਾ, ਅਤੇ ਥੋੜ੍ਹਾ ਜਿਹਾ ਆਪਾਂ ਵਿੱਚ ਸਵਾਦ ਅਨੁਸਾਰ ਆਪਾਂ ਨਮਕ ਪਾਉਣਾ, ਜਿੰਨਾ ਕੁ ਮਤਲਬ ਕਿ ਬਹੁਤਾ ਤੇਜ਼ ਨਾ ਹੋ ਜਾਵੇ, 1 ਚਮਚਾ ਪਾਇਆ ਆਪਾਂ, ਥੋੜ੍ਹੀ ਜਿਹੀ ਉੱਧਰ ਲਾਲ ਮਿਰਚ ਵੀ ਪਾ ਲਈਦੀ ਆ, ਇਹ ਤੁਹਾਡੀ ਮਰਜ਼ੀ ਆ ਜਿਹਨੂੰ ਚੰਗੀ ਲੱਗੇ, ਅਤੇ ਆਪਾਂ ਥੋੜ੍ਹਾ ਜਿਹਾ ਇਹਨੂੰ ਹੱਥ ਦੇ ਨਾਲ ਇੰਝ ਕਰਕੇ ਮਲ ਲੈਣਾ, ਮਲਣ ਦੇ ਨਾਲ ਕੀ ਹੁੰਦਾ ਸਾਰੇ ਜਿਹੜੇ ਮਸਾਲੇ ਇਹ 'ਚ ਪਾਏ ਆਪਾਂ ਸਾਰੇ ਰਲ ਜਾਣਗੇ, ਜਿਹੜਾ ਆਪਾਂ ਘਿਓ ਪਾਇਆ ਉਹ ਮੋਣ ਵਾਸਤੇ ਪਾਇਆ, ਇਹਨੂੰ ਚੰਗੀ ਤਰ੍ਹਾਂ ਮਸਲ ਲੈਣਾ ਆਪਾਂ ਹੱਥ ਦੇ ਨਾਲ, ਇਸ ਤਰ੍ਹਾਂ ਪਤਾ ਲੱਗ ਜਾਂਦਾ ਵਾ ਮੁੱਠੀ ਜਿਹੀ ਮਿੱਟੀ 'ਤੇ ਵੀ ਮਸਾਲੇ ਜਿਹੜੇ ਆ ਮੋਣ ਜਿਹੜਾ ਠੀਕ ਆ। ਆਪਣੇ ਹੱਥ ਜਿਹੜੇ ਆਪਾਂ ਧੋ ਕੇ ਵਾਸ਼ ਕਰ ਲਏ ਚੰਗੀ ਤਰ੍ਹਾਂ, ਕਿਉਂਕਿ ਹੱਥਾਂ ਦੇ ਨਾਲ ਹੀ ਮਸਲਿਆ ਜਾਂਦਾ ਵਾ ਦੂਜੀ ਤਰ੍ਹਾਂ ਇਹ ਬਣਦਾ ਨਹੀਂ ਹੈ। ਹੁਣ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਅਤੇ ਇਹਨੂੰ ਥੋੜ੍ਹਾ ਥੋੜ੍ਹਾ ਪਾਣੀ ਪਾਉਣਾ ਆਪਾਂ ਜਿੰਨੇ 'ਚ ਆਟਾ ਜਿਹੜਾ ਵਾ ਇਹ ਗੁੱਝਦਾ ਜਾਵੇ, ਮੱਠੀਆਂ ਦਾ ਆਟਾ ਜਿਹੜਾ ਵਾ ਉਹ ਸਾਡਾ ਗੁੱਝ ਕੇ ਤਿਆਰ ਹੋ ਗਿਆ ਵਾ ਮੈਦਾ, ਅਤੇ ਆਪਾਂ ਹੁਣ ਇਹਨੂੰ ਢੱਕ ਕੇ 15-20 ਮਿੰਟ ਰੱਖ ਦਾਂਗੇ, ਅਤੇ ਉਹਨਾਂ ਚਿਰ ਆਪਾਂ ਕੜਾਹੀ ਦੇ ਵਿੱਚ ਤੇਲ ਗਰਮ ਕਰਾਂਗੇ ਅਤੇ ਫਿਰ ਕੱਢਾਂਗੇ। ਚਲੋ ਜੀ ਆਟਾ ਆਪਾਂ ਵੇਖਦੇ ਹਾਂ ਵੀ ਸਾਡਾ 15-20 ਮਿੰਟ ਹੋ ਗਏ ਆ, ਆਟਾ ਸਾਡਾ ਬਿਲਕੁਲ ਤਿਆਰ ਹੋ ਗਿਆ ਹੋਣਾ ਵਾ, ਆਟਾ ਸਾਡਾ ਤਿਆਰ ਇਸ ਤਰ੍ਹਾਂ ਕਰਕੇ ਵੇਖ ਲੈਣਾ, ਨਾ ਬਹੁਤਾ ਸਖਤ ਹੋਵੇ ਅਤੇ ਨਾ ਹੀ ਨਰਮ ਹੋਵੇ, ਅਤੇ ਬਹੁਤ ਹੀ ਟੇਸਟੀ ਮੱਠੀਆਂ ਬਣਦੀਆਂ ਨਮਕੀਨ ਮੱਠੀਆਂ ਜਿਹੜੀਆਂ ਆਮ ਵਿਆਹਾਂ ਦੇ ਵਿੱਚ ਪਾਉਂਦੇ ਆ, ਅਤੇ ਆਪਾਂ ਨੂੰ ਬਾਹਰੋਂ ਬਣਾਉਣ ਦੀ ਲਿਆਉਣ ਦੀ ਲੋੜ ਨਹੀਂ, ਕਿਉਂਕਿ ਘਰ ਵਿੱਚ ਹੀ ਆਪਾਂ ਬੱਚਿਆਂ ਨੂੰ ਬਣਾ ਕੇ ਦੇਵਾਂਗੇ, ਅਤੇ ਨਾਲੇ ਸਿਹਤ ਵਾਸਤੇ ਵੀ ਠੀਕ ਆ ਅਤੇ ਨਾਲੇ ਆਪਣੇ ਘਰ ਦੀ ਚੀਜ਼ ਜਿਹੜੀ ਆ ਉਹ ਵਧੀਆ ਬਣਦੀ ਹੈ, ਅਤੇ ਆਪਾਂ ਹੁਣ ਇਹਨਾਂ ਨੂੰ ਬਣਾਉਂਦੇ ਹਾਂ ਵੇਲ ਕੇ ਰੱਖਦੇ ਹਾਂ ਹੱਥ ਦੇ ਨਾਲ ਅਤੇ ਫਿਰ ਤੁਹਾਨੂੰ ਵਿਖਾਲਦੇ ਹਾਂ। ਇਸ ਤਰ੍ਹਾਂ ਕਰਕੇ ਪਾਟੇ ਨੇ ਇਸ ਤਰ੍ਹਾਂ ਬਣਾ ਲੈਣਾ, ਇਹਨੂੰ ਵੇਲਣ ਦੀ ਵੀ ਲੋੜ ਨਹੀਂ, ਇਹਦੇ ਛੋਟੇ ਛੋਟੇ ਆਪਾਂ ਪੇੜੇ ਜਿਹੜੇ ਆ ਉਹ ਇਸ ਤਰ੍ਹਾਂ ਕਰਕੇ ਇੰਨਾ ਕੁ ਪੇੜਾ ਲੈਣਾ ਆਪਾਂ, ਇਹ ਤੁਹਾਡੀ ਮਰਜ਼ੀ ਆ ਮੱਠੀ ਜੇ ਵੱਡੀ ਬਣਾਉਣੀ ਤਾਂ ਵੱਡਾ ਪੇੜਾ ਲੈ ਸਕਦੇ ਹੋ, ਅਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇੰਝ ਕਰਕੇ ਹੱਥ ਦੇ ਨਾਲ ਹੀ ਕਰ ਲੈਣਾ, ਅਤੇ ਇੰਝ ਬਣਾ ਕੇ ਤਾਂ ਆਪਾਂ ਮੱਠੀਆਂ ਜਿਹੜੀਆਂ ਵਾ ਬਹੁਤ ਸਾਰੀ ਮੱਠੀ ਜਿਹੜੀ ਆ ਬਣਦੀ ਜਾਣੀ, ਚੌਰਸ ਜਿਹੀਆਂ ਕਰਨੀਆਂ ਚਾਹੋ ਚੌਰਸ ਵੀ ਹੋ ਜਾਂਦੀਆਂ ਇਸ ਤਰ੍ਹਾਂ। ਹਾਂ ਵੇਖੋ
तो आप गोल बनाने हैं। बहुत ही पतली इन्नी मठी है करी दी क्योंकि बहुत ही मुड़के सख्त जहाँ बनदियाँ वा इस तरह बनाइया। लो जी मठियां साढ़े जड़ियाँ बेल के तैयार बना लिया आप हाथ दे नाल ते इस तरह दियाँ रखनियाँ वा ना बहुत ही मोटी तो ना बहुत ही पतली रखनी है। पतली जड़ी बहुत ही फिर जी हो जाती है खस्ता जी नहीं बनती बहुत ही तो बहुत टेस्टी बनदियाँ वा तो तुम बना के वेखो घर इस तरह बनती। तो हम आप कढ़ाई जी उपर रख दी है तो वह तू तेल में पाया आप हम तलते हैं तो फिर तुम बखालते पौन लगे। तेल साडा जोड़ा वा वो गर्म हो गया रिफाइंड कढ़ाई के अग भी बल गई है तो हम आप मठिया जड़िया वो पाने बच्चे मठिया इस तरह करके पाई जड़िया हौली हौली। तेल जोड़ा वा ना बहुता गर्म ही चाहिए वा तो ना ही बहुता सख्त चाहिए गर्म ठंडा चाहिए वा तो मठी मठी अग तो आप बनाई जाने ऐसा थोड़िया थोड़िया पा के थोड़े थोड़े तली जानिया इस तरह थोड़ी अग होवे ना मठी मठी अग होवे तो इतने वधिया बनते हैं तो जरा क अंदर तक सेक जोड़ा हो जाता बहुत सड़दिया ने गिया मठिया बहुत ही स्वाद बनदिया बड़िया टेस्टी बनदिया वा मठिया बिल्कुल जिस तरह व्याहों के बनदिया इस तरह ही मठिया बनदिया देखो फुलदिया जा मठी मठी अग तो इस तरह आप देखो ब्राउन जो हो गई पहला साड़ी मठिया जड़िया वा वो थोड़े इस तरह तलिया गई हूँ तो इस तरह का कलर रखना जो बहुत ना बहुत साड़निया वा तो ना बहुत ही इस तरह का तो आप हूँ तल लिया वा तो फिर तल के फिर तू बखालते हैं जो सारिया तलिया जाएगी तो फिर तू बखालते हैं ये क्ढ़ी जानी ये बहुत सोहनिया बनदिया वा मठिया पूरी तल लिया वा हूँ क्ढ के तू फिर बखालते हैं तो इस करके कमेंट जरूर करना कि साड़ी बनाने का तरीका जोड़ा वो तुम किस तरह का लगा वा तो भी अपने घर बना के वेखो तो सू जो तुम पहली बार साढ़े चैनल पर आए जो तो सबसक्राइब जरूर करना बैल ऑन की घंटी दबा ता जो साड़िया वीडियो जोड़िया तुम सारिया मिल सकन। लो जी मठिया साड़िया बन गई वा विह वांग बनिया मठिया बड़िया स्वाद बनिया टेस्टी बनिया वा तो तुम भी अपने घर बना के वेखो तो कमेंट करना कि किस तरह की लगी साड़ी बनाने का तरीका। ये लून वाली मठिया बहुत स्वाद बनदिया वा बच्चे जड़े आ सवेरे नाश्ते दे टाइम भी खाण उस तरह भी ये बड़िया स्वाद लगदिया वा तो तुम बना के वेखो तो सानू कमेंट करना कि साडा बनाने का तरीका जोड़ा वा वो तुम किस तरह का लगा तो आप इस ढंग ना बनाने तो तुम जो ढंग ना बनाते जो सानू दसना बाकी जे तुम साडे चैनल पर नवे जो तो सबसक्राइब जरूर करना दब के करना लाइक शेयर करो तो बैल ऑन की घंटी दबा देना तो वीडियो नू प्लीज़ वीडियो नू जरूर पूरी वेख्या करो तो लाइक शेयर करना सबसक्राइब करना थोड़ा बहुत बहुत धन्यवाद।